ਲਵਲੀ ਗਾਇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਜੀ ਲਵਲੀ ਆਪਾਂ ਕਰਨ ਲੱਗੇ ਹਾਂ ਅੱਜ ਆਪਣੇ ਟੂਰ ਦੀ ਸ਼ੁਰੂਆਤ ਆਪਾਂ ਮਦੁਰਈ ਤੋਂ ਚੱਲਣਾ ਹੈਗਾ ਅੱਜ ਚੈੱਕ ਆਊਟ ਅਸੀਂ ਕਰਤਾ ਹੈਗਾ ਵਾ ਚਲੋ ਨਾਲ ਜੁੜੇ ਰਹੋ ਆਪਣੇਲਓ ਜੀ ਗਾਇਸ ਆਪਾਂ ਜੀਰੋ ਫਲੋਰ 'ਤੇ ਉਸ ਵਾਂ ਵਧੀਆ ਜੇ ਠੀਕ ਜੇ ਚਲੋ ਮਿਲਦੇ ਹਾਂ ਜੀ ਜੁੜੇ ਰਹੋ ਆਪਣੇ ਨਾਲ ਓਕੇ ਜੀ ਬਾਏ ਬਾਏ ਟੇਕ ਲਓ ਜੀ ਮਤਲਬ ਆਪਣੀ ਰਾਣੀ ਹੋ ਗਈ ਆ ਰੈਡੀ ਜਾਣ ਦੇ ਲਈ ਆਪਾਂ ਬਸ ਚੱਲੇ ਹਾਂ ਹਾਂਜੀ ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਦਿਆ ਯੋਗ ਸਾਰਿਆਂ ਨੇ ਵਧੀਆ ਠੀਕ ਠਾਕ ਹੋ ਗਏ ਆਪਾਂ ਕਰਨ ਲੱਗੇ ਹਾਂ ਅੱਜ ਆਪਣੇ ਸਫ਼ਰ ਦੀ ਸ਼ੁਰੂਆਤ ਆਪਾਂ ਜਾਣਾ ਹੈਗਾ ਇੱਥੇ ਮਦੁਰਈ ਤਾਮਿਲਨਾਡੂ ਆਪਾਂ ਇੱਥੋਂ ਜਾਣਾ ਹੈਗਾ ਵਾ ਕੋਟੇ ਰਾਜਸਥਾਨ ਕੰਮ ਆਪਣਾ ਹੋ ਗਿਆ ਇੱਥੋਂ ਫਿਨਿਸ਼ ਅਤੇ ਅੱਜ ਆਪਾਂ ਨਿਕਲ ਲੱਗੇ ਹੈਗੇ ਹਾਂ ਅਤੇ ਆਪਾਂ ਨੂੰ ਜਾਂਦੇ ਹਾਂ ਤਕਰੀਬਨ 6 ਤੋਂ 7 ਦਿਨ ਲੱਗ ਜਾਣੇ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਰਾਹ ਦਾ ਸਫ਼ਰ ਓਕੇ ਜੀ ਬਾਏ ਬਾਏ ਟੇਕ ਕੇਅਰ ਲਓ ਜੀ ਆਪਣੇ ਨਾਲ ਦੇ ਬੰਦੇ ਨਿਕਲ ਗਏ ਹੈਗੇ ਆ ਜੀ ਆਪਾਂ ਹੀ ਬਸ ਰੈਡੀਆਂ ਨਿਕਲ ਲਈ ਆਪਣਾ ਹੋਟਲ ਹੈਗਾ ਜਿੱਥੇ ਆਪਾਂ ਸਟੇਅ ਕੀਤਾ ਸੀ ਚਲੋ ਜੀ ਮਿਲਦੇ ਹਾਂ ਕਹਾਣੀ ਸੁੰਦਰ ਆ ਕਹਿੰਦੀ ਵੀ ਪਵਾਓ ਡੀਜ਼ਲ ਬਹੁਤ ਹੋ ਗਿਆ ਤੁਹਾਡਾ ਕੰਮ ਲਓ ਜੀ ਪੰਪ ਵੀ ਆ ਗਿਆ ਨਾਲ ਦੀ ਨਾਲ ਹੀ ਆਪਾਂ ਡੀਜ਼ਲ ਪਵਾ ਦੇਣਾ ਹੈਗਾ ਕੰਮ ਓਕੇ ਕਰ ਦੇਣਾ ਜੀ ਇੱਕ ਆ ਬੰਦਾ ਸਾਡਾ ਇਹ ਨਹੀਂ ਹਟਦਾ ਡੀਜ਼ਲ ਪਾਉਣ ਡਿਆ ਜੀ ਆਪਾਂ ਜੀ ਮਤਲਬ ਹੁਣ ਤੁਹਾਨੂੰ ਮੈਂ ਦਿਖਾਉਂਦਾ ਇੱਥੇ ਹਰਿਆਲੀ ਹਰਿਆਲੀ ਤਾਮਿਲਨਾਡੂ ਵਿੱਚ ਜਿੱਧਰ ਵੇਖੋਗੇ ਤੁਹਾਨੂੰ ਹਰਿਆਲੀ ਹਰਿਆਲੀ ਦਿਖਣੀ ਹੈ ਅਤੇ ਬਾਗ ਹੀ ਬਾਗ ਦਿਖਣੇ ਨਾਰੀਅਲ ਦੇ ਰੁੱਖ ਹੀ ਰੁੱਖ ਜੋ ਕਿ ਬਾਹਲੇ ਘੈਂਟ ਲੱਗਦੇ ਆ ਦੇਖੀ ਆਓ ਬਸ ਤੁਸੀਂ ਨਾਲ ਹੀ ਪਹਾੜੀ ਏਰੀਆ ਵਾ ਦੂਰ ਦੂਰ ਤੱਕ ਪਹਾੜ ਦਿਖਣ ਡੇ ਆ ਅਤੇ ਹਰੇ ਹਰੇ ਇੱਦਾਂ ਬਾਗ ਜੇ ਦਿਖਣ ਡੇ ਆ ਬਹੁਤ ਹੀ ਘੈਂਟ ਲੱਗਣ ਡੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਵੇਖੋ ਜੀ ਪੌਣ ਚੱਕੀ ਦਾ ਪੱਖਾ ਹੋਣ ਡਿਆ ਬਹੁਤ ਹੀ ਲੰਮਾ ਵੇਖੋ ਇਹ ਬਹੁਤ ਬਹੁਤ ਲੰਮੇ ਪੱਖੇ ਇੱਥੇ ਹਵਾ ਜ਼ਿਆਦਾ ਹੋਣ ਕਰਕੇ ਫਿਰ ਇੱਧਰ ਲੱਗਦੇ ਬਹੁਤ ਜ਼ਿਆਦਾ ਆ ਤਾਂ ਕਰਕੇ ਹੁਣ ਅੱਗੇ ਇੱਕ ਹੋਰ ਦੇਖ ਆਉਣਾ ਵਾ ਉਹ ਵੀ ਤੁਸੀਂ ਵੇਖਿਓ ਘੱਟੋ ਘੱਟ ਮੇਰੇ ਹਿਸਾਬ ਨਾਲ 180 ਫੁੱਟ ਲੰਬਾ ਵਾ ਇਹ ਜਿਹੜਾ ਪੱਖਾ ਹੈਗਾ ਵਿੰਡ ਮਿਲ ਪੌਣ ਚੱਕੀ ਦਾ ਬਲੇਡ ਰਹਿੰਦੇ ਇਹਨੂੰ 53-54 ਫੁੱਟ ਬਣ ਜਾਣਾ ਹਾਂਜੀ ਵੇਖੋ ਕਿੱਡਾ ਘੈਂਟ ਆ ਲੰਬਾ ਕੰਮ ਓਕੇ ਰਿਪੋਰਟ ਹੋਇਆ ਪਿਆ ਅਤੇ ਵਿਊ ਚੈੱਕ ਕਰੋ ਤੁਸੀਂ ਉੱਧਰ ਇਹ ਥੋੜ੍ਹਾ ਬੱਦਲ ਜਿਹਾ ਸੀ ਤਾਂ ਕਰਕੇ ਥੋੜ੍ਹਾ ਜ਼ਿਆਦਾ ਕਲੀਅਰ ਜਿਹਾ ਨਹੀਂ ਅੱਜ ਆਇਆ ਅਤੇ ਨਹੀਂ ਤਾਂ ਉੱਦਾਂ ਰੀਅਲ ਵਿੱਚ ਬੜੇ ਘੈਂਟ ਲੱਗਦਾ ਹੈਗਾ ਸਿਸਟਮ ਬੜਾ ਵਧੀਆ ਹੈਗਾ ਜੀ ਅੱਜ ਦਾ ਆਪਣਾ ਸਫ਼ਰ ਮਿੱਤਰੋ ਸ਼ਾਮਾਂ ਦਾ ਹੋ ਗਿਆ ਪੂਰਾ ਆਪਾਂ ਆ ਗਏ ਆਪਣੀ ਲੋਕੇਸ਼ਨ 'ਤੇ ਹੈ ਆਪਾਂ ਆ ਗਏ ਹਾਂ ਜੀ ਹੋਟਲ 'ਚ ਆਹ ਹੈਗੀ ਪਾਰਕਿੰਗ ਦੇਖੀ ਆਪਾਂ ਆਉਣੀ ਆਪਣੀ ਰਾਣੀ ਸੁੰਦਰਾ ਦੇਖੋ ਜੀ ਲੋਕੇਸ਼ਨ ਚੈੱਕ ਕਰੋ ਆਹ ਹੈਗਾ ਹੋਟਲ ਆਪਣਾ ਪਾਰਕਿੰਗ ਉਹ ਹੈਗੀ ਆਪਣੀ ਗੱਡੀ ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਲਓ ਜੀ ਆਪਾਂ ਹੋ ਗਏ ਨਹਾ ਧੋ ਕੇ ਰੈਡੀ ਦੁਪਹਿਰ ਕੁ ਪੈ ਗਈਆਂ ਅਤੇ ਆਪਾਂ ਪਹੁੰਚ ਗਏ ਸਲੇਮ ਇਹ ਵੀ ਕਾਫੀ ਵੱਡੀ ਸਿਟੀ ਆ ਤਾਮਿਲਨਾਡੂ ਵਿੱਚ
अगे तुहानू रोड दिखना आपां टी पॉइंट तों लैफ्ट हो जाणा ते अगे उपर जिहड़ा रोड जाण डिया उह जाण डिया चेन्नई नूं। चेन्नई इत्थों हैगा 250-300 किलोमीटर पर आपां इत्थों मुड़ जाणा हैगा बैंगलोर नूं। लो जी अगे हुण तुसीं देखो पहाड़ ही पहाड़ पर बदल जिहा होण करके थोड़े पहाड़ क्लीयर नहीं दिखण डे पर व्यू बड़ा घेंट इत्थे तमिलनाडु स्टेट केरल होगी साउथ होगी इधर व्यू बड़े घेंट हरियाली बहुत ज़्यादा है पहाड़ भी बड़े वधिया ते नारियल दे बहुत ज्यादा पुछो ना नारियल ही नारियल है। वैली वो अगे पै गया अपना घाट ज़्यादा व्डा नहीं उदा इतने ट्रैफिक लग जाती उदा ज़्यादा व्डिया लोड गड्डिया होंगे वो थोड़ा ला दें ट्रैफिक क्योंकि ये 4 लैन रोड आ 6 लैन है नहीं तो करके फिर इतने ट्रैफिक लग जाता पर तमिलनाडु पुलिस की यह गल है कि केयरफुली बड़े है जो उधरों घाट उतरते हैं उदों एक्सीडेंट इतने ज़्यादा होंगे तो करके फिर वो रोक रोक के फिर ही घलते हैं लिमिटेड जी गड्डिया घल घल के रोकी जाते नाका लाया इन्होंने इतने राइट साइड का तुम देखना इतने बैरियर लगा होंगे आ देखो इतों गड्डियां दी बसां दी लाइन वक् कारां दी वक् ते ट्रकां दी वक् कोई रोक रोक के घलदे गड्डियां पर जिते मौका मिलता फिर अपनी राणी सुंदरा जांदी अली अली करदी क्रॉस करदे आ। तुहानू पहला मैं क्या है इतने नारियल बहुत ज्यादा है वेखो तीन व्यू बाग ही बाग भर साले है बड़े हरामे हैं लोकल हैगा वा नारियल तो भी 30 तो घट आते नहीं 30-35-40-50 पर आप भी नारियल की धुक्की बड़ी मिली तमिल च एक प्रॉब्लम वा इतने लैंग्वेज प्रॉब्लम बहुत ज्यादा आती हिंदी किसी आँदी नहीं है बहुत घट वाती है पढ़े लिखे जिदा नॉर्मल लोकल दुकानों पर जाने किसी नहीं पता लगता चीज़ा लै लैके हाथ रख रहा फिर चुकनी है हिंदी अगे फिर छोटा जहा घाट आ गया देखो हम तुम एक और गल दसनी चाहना मैं इतने जोड़े रोड से रूल बड़े वजिए तमिलनाडु वाले के जिदा मैडन मैडन में कोई भी गैप आता यूटर्न आता लाइटा देखो तो बहुत ज्यादा लाइटा लाइया उन्होंने भी ता जो बंदा ड्राइवर जरा केयरफुल जहा आ जाए तो अगे आ गया जी बैंगलोर तो पहले चैक पोस्ट आ गई आप कर्नाटक च बड़े लगे होना तमिलनाडु की चैक पोस्ट छोटी सी तो करके आपे वीडियो नहीं बनाई मीह जा भी आन डे आगी कर्नाटक की आप हम बस कर्नाटक एंटर हो लगे हैं इतों आप टैक्स भरना अपना तो थोड़ी बहुत एंट्री होंगी है एंट्री दे के तो फिर आप निकलना तुम वेखी आओ बस बार्डर से ना इतने अपना चक्कर पै गया दो पुलिस वाले बैठे आ ये मतलब चैक कर होंगे है ना सारा कुछ इन्होंने वेख लिया भी कैमरे की वीडियो बन रही है ये मैं गड्डी लाई मैं कहते रोक फोन लिया तो वीडियो डिलीट कर फिर मैं उन्होंने वीडियो दिखाई मैं इदा ही बना डाया वीडियो कोई चक्कर वाली गल नहीं पर इन्हें कटवाती पर अं फिर वापस वीडियो रिस्टोर कर ली तो लो जी मतलब बैंगलोर वर्दे हैं आप ਅਤੇ ਜਾਮ ਮਿਲ ਡਿਆ ਪਿਆ ਆਹ ਤੁਸੀਂ ਦੇਖ ਸਕਦੇ ਹੋ ਬੈਂਗਲੋਰ ਵਿੱਚ ਜਿਹੜੀ ਆ ਜਾਮਣੀ ਕਲਰ ਦੀ ਬੱਸ ਜਾਣ ਡਈ ਹੈ ਇਹ ਬੈਟਰੀ ਵਾਲੀਆਂ ਬੱਸਾਂ ਇੱਥੇ ਕਿੰਨੀ ਮਤਲਬ ਡਿਵੈਲਪ ਸਿਟੀ ਹੈਗੀ ਇੱਥੇ ਬੈਟਰੀ ਵਾਲੀਆਂ ਬੱਸਾਂ ਵੀ ਚੱਲਦੀਆਂ ਬਹੁਤ ਜਾਂਦੀਆਂ ਬਾਕੀ ਚਲੋ ਤੁਹਾਨੂੰ ਥੋੜ੍ਹੇ ਜਿਹੇ ਬੈਂਗਲੋਰ ਦੇ ਸ਼ਾਰਟ ਵਿਊ ਵਿਖਾਉਂਦੇ ਹਾਂ ਚੈੱਕ ਕਰਿਓ ਤੁਸੀਂ ਚਲੋ ਇੱਥੇ ਬੈਂਗਲੋਰ ਪੂਰਾ ਸਿਟੀ ਦੇ ਵਿੱਚ ਆ ਗਏ ਨਹੀਂ ਸਟਾਰਟਿੰਗ ਦੇ ਵਿੱਚ ਇੱਥੋਂ ਆਪਾਂ ਰਿੰਗ ਰੋਡ ਲੈ ਲੈਣਾ ਆਪਣਾ ਬਾਈਪਾਸ ਆਪਾਂ ਸਿਟੀ ਦੇ ਵਿੱਚ ਨਹੀਂ ਆਉਣਾ ਇੱਥੋਂ ਆਪਾਂ ਬਾਈਪਾਸ ਹੋ ਜਾਣਾ ਰਿੰਗ ਰੋਡ 'ਤੇ ਚੜ ਕੇ ਫਿਰ ਆਪਾਂ ਪੂਨੇ ਵਾਲਾ ਹਾਈਵੇ ਫੜ ਲੈਣਾ ਅੱਗੇ ਤੋਂ ਹੀ ਹੁਣ ਐਕਸਪ੍ਰੈਸ ਹਾਈਵੇ ਵੇਖੋ ਰਿੰਗ ਰੋਡ
जी गाइस अपना टिकाना आ गया है, अपना टिकाना पक्के टिकाने मित्रां दे। लो जी अज शामा दा अपना स्टे आ गया हैगा, ओ हैगा अपना लॉज हैगी अपनी पिछे पार्किंग। इतने वेखो नारियल के रुख ही रुख लगे पे ने।